ਸ੍ਰੀਕਾਲ ਜੀ, ਕੀ ਹਾਲ ਚਾਲ? ਆ ਗਿਆ ਮੁੰਡਾ, ਕਾਫੀ ਦਿਨਾਂ ਬਾਅਦ ਆ ਮੁੰਡਾ ਲੈਂਦਾ ਵਲੌਗ 'ਚ, ਅੱਜ ਖਿੱਚ ਖਤੂ ਕੇ ਲੈਂਦਾ ਆਉਂਦਾ, ਪਤਾ ਨਹੀਂ ਕਿਉਂ ਇਹ ਗਵਾਚ ਗਿਆ ਸੀ ਮੁੰਡਾ, ਬਿਜ਼ੀ ਬੜਾ ਰਹਿ ਗਿਆ ਅੱਜ, ਪਤਾ ਨਹੀਂ ਕਿੱਦਾਂ ਟਾਈਮ ਕੱਢਿਆ। ਅੱਜ ਕਿੱਥੇ ਚੱਲੇ ਆ? ਡੇਰਾ ਬਾਬਾ ਨਾਨਕ। ਹਾਂਜੀ, ਤੁਹਾਨੂੰ ਵਿਖਾਉਂਦੇ ਹਾਂ ਡੇਰਾ ਬਾਬਾ ਨਾਨਕ 'ਚ ਕੀ ਚੀਜ਼ ਆ, ਫੇਮਸ ਕਿਉਂ ਆ, ਕਿੱਥੋਂ ਆਪਾਂ ਬਿਲੋਂਗ ਕਰਦੇ ਹਾਂ, ਸੀਗਲ ਆ ਸਾਡੀ, ਅਤੇ ਇੰਟਰਨੈਸ਼ਨਲ ਬਾਰਡਰ ਆ ਜੋ ਪਾਕਿਸਤਾਨ ਅਤੇ ਇੰਡੀਆ ਦਾ, ਤੁਹਾਨੂੰ ਉਹ ਵੀ ਵਿਖਾਉਂਦੇ ਹਾਂ। ਗੁਰਦੁਆਰਾ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ, ਉਹ ਵੀ ਵਿਖਾਉਂਦੇ ਹਾਂ। ਅਤੇ ਪਹਿਲਾਂ ਚੱਕਦੇ ਹਾਂ ਹੈਰੀ ਨੂੰ, ਅਤੇ ਉਹਨੂੰ ਫੋਨ ਕਰ ਤਾ ਵੀ ਰੈਡੀ ਆ, ਅਤੇ ਚੱਲਦੇ ਹਾਂ ਉਹਦੇ ਘਰ, ਅਤੇ ਉਹਨੂੰ ਲੈ ਕੇ ਫਿਰ ਚੱਲਾਂਗੇ ਬਾਬਾ ਡੇਰੇ ਬਾਬਾ। ਚੱਲੀਏ, ਕਿੰਨੇ ਵਜੇ ਤੱਕ ਗੁਰਦੁਆਰਾ ਖੁੱਲ੍ਹਾ ਰਹਿੰਦਾ? ਭਰਨੇ ਦਾ ਕੀ ਟੋਰ ਸੀ? ਐਨਕਾਂ ਲੈ ਗੱਡੀ 'ਚ ਕੱਢੋ ਵਾਲੀਆਂ, ਉਹ ਰੀਲ ਬਣਾਉਣੀ ਆ, ਰੀਲ ਬਣਾਵਾਂ ਕੋਮੇਡੀ ਵਾਲੀ। ਯਾਰ ਤੂੰ ਭਰਨਾ ਨਹੀਂ ਬਣਨਾ ਚਾਹੀਦਾ ਤੈਨੂੰ, ਮੈਂ ਰੀਲ ਬੜੀ ਵਧੀਆ ਸੋਚ ਕੇ ਆਇਆ ਹਾਂ, ਚੱਲ ਲਾ ਲਾਂਗੇ। ਨਹੀਂ ਨਿਹੰਗ ਨਹੀਂ ਸਕਦੇ, ਚਲੀਏ। ਤੇਰੇ ਦਿਲ 'ਚ ਆਪਾਂ ਗੱਡੀ 'ਚ ਆਉਣਾ ਸੀ, ਅਤੇ ਤੈਨੂੰ ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਇਹਨੂੰ ਕਾਹਦੇ ਕੋਲ ਬੰਨ ਥੱਲਿਆ ਗਮਛਾ, ਕਿੱਦਾਂ ਕਰਕੇ ਹਿਲਦੀ? ਦਰਸ਼ਨ ਕਰੀਏ ਅਤੇ ਦਰਸ਼ਨ ਕਰਾਈਏ ਹੈ ਮੁੰਡਿਓ, ਜੋੜੇ ਇੱਥੇ ਲਾ ਲਓ, ਇੱਥੇ ਲਾ ਜੀ, ਗੱਡੀ ਲਾ ਲਾ, ਡਿੱਗੀ 'ਚ ਰੱਖ ਦਿਓ, ਜਾਓ ਗੱਡੀ 'ਚ, ਗੱਡੀ 'ਤੇ ਚੱਲ ਗਈ ਆਪਣੀ, ਚਲਾਓ ਗੱਡੀ, ਇੱਥੇ ਰੱਖ ਦੇ, ਇੱਥੇ ਲਾ ਦੇ, ਉਹ ਲਾ ਕੇ ਜਾ ਕੇ ਲਾਓਗੇ ਯਾਰ, ਉਹ ਜੋੜਾ ਘਰ ਹੈਗਾ, ਆਓ ਵੇ ਉੱਥੇ ਚੱਲਦੇ ਹਾਂ ਜੋੜਾ ਘਰ। ਉਲਟ ਜਗ੍ਹਾ ਨਹੀਂ ਜਾਣ ਡੇ ਤੁਸੀਂ? ਹੈ ਇੱਧਰੋਂ ਹੈਗਾ ਰਾ, ਹੈਗਾ ਅੱਛਾ ਅੱਛਾ, ਆ ਬੜੀ ਪੰਜ ਹੋ ਜਾਣੇ, ਹੈ ਛੇ ਤਾਂ ਨਹੀਂ ਹੋ ਗਿਆ? ਗੇੜੋ ਇੱਧਰ ਨੂੰ, ਕਿੱਧਰ ਨੂੰ? ਚੱਲ ਗੇੜ, ਆ ਫੜ, ਨਹੀਂ ਤੂੰ ਮੈਂ ਗੇੜਾ, ਚੱਲ ਆਵੇ ਗੇੜੀ, ਉੱਧਰ ਨੂੰ ਘੇਰਨਾ, ਮੈਂ ਤੈਨੂੰ ਕਹਿਣ ਡਿਆ ਉੱਧਰ ਨੂੰ ਘੇਰਨਾ। ਜਲ ਚਲੀਏ, ਤੁਸੀਂ ਨੀ ਖੇਡਦੇ? ਤੂੰ ਨੀ ਖੇਡਦਾ? ਕੀ ਕਰਦਾ? ਵਾਹ ਵਾਹ, ਮੁੰਡੇ ਨੇ ਤਾਂ ਕੰਮ ਹੀ ਕਰਤਾ ਪੂਰਾ, ਤੂੰ ਹੋਰ ਕਿੰਨੇ ਮਨੋ ਘੇਰਤਾ, ਹੈ ਕਿਆ ਬਾਤਾਂ ਨੇ। ਮੈਂ ਪਤਾ ਕੀ ਸੋਚਣ ਡਿਆ, ਮੈਂ ਹੌਲੀ ਘੇੜਦਾ ਹੋਣਾ ਵਾ, ਹੈ ਪਰ ਨਹੀਂ, ਭਾਰਾ ਘੇੜਦਾ, ਘੇੜ ਗਿਆ ਸੀ ਪਰ ਭਾੜਾ ਘੇੜਦਾ ਯਾਰ, ਪਹਿਲਾਂ ਥੱਲੇ ਜਾਣਾ ਪੈਂਦਾ ਸੀ ਹਨਾ, ਪਹਿਲਾਂ ਥੱਲੇ ਜਾਣਾ ਪੈਂਦਾ ਸੀ ਬੋਲੀ ਸਾਹਿਬ ਲੈਣ, ਹੁਣ ਵਿਹਲਾ ਇੱਦਾਂ ਬਣਾਤਾ ਬਾਬੇ ਨਾਨਕ ਦਾ ਖੂਹ। ਹੁਣ ਚੱਲੀਏ ਚੋਲਾ ਸਾਹਿਬ, ਹੁਣ ਗੁਰਦੁਆਰਾ ਚੋਲਾ ਸਾਹਿਬ ਚੱਲੀਏ, ਉਹ ਭੁੱਖ ਲੱਗੀ ਆ, ਭੁੱਖਾ ਹੀ ਰਹਿੰਦਾ ਜੀ, ਹੈ
ਛਕ ਲਓ ਛਕਣਾ ਤੇ ਮਨੋ ਛਕ ਲਿਆ ਵਾ ਅਵਤਾਰ ਦੀ ਲੈਣੇ ਲੱਗ ਗਿਆ ਜੀ ਵੀ ਕੜਾਹ ਕਿੱਥੇ ਮਿਲਣਾ ਵਾ ਇੱਧਰ ਚਲੋ ਕੜਾਹ ਤੇ ਲਈਏ ਪਹਿਲਾਂ ਮੁੰਡਾ ਏ ਹੁਣ ਮੇਰੀ ਗੱਲ ਸੁਣ ਉਹ ਵੀਡੀਓ ਪਾਉਣੀ ਤੇਰੀ ਮੈਂ ਪਾਦਾ ਇੱਕ ਵੀਡੀਓ ਹੈਗੀ ਆ ਉਹ ਪਾਉਣੀ ਪਾਉਣ ਨਹੀਂ ਦਿੰਦਾ ਮੁੰਡਾ ਕਿ ਤੀਜਾ ਕਿੱਥੇ ਰਹਿ ਗਿਆ ਵਾ ਆ ਜਾਓ ਸਰ ਕਿ ਸਨੈਪਚੈਟ ਪਾਉਣ ਡੇ ਜੇ ਕਿ ਸਨੈਪਚੈਟ ਪਾਉਣ ਡਿਆ ਮੁੰਡਾ ਸਨੈਪਚੈਟ ਪਾਉਣ ਡਿਆ ਕੀ ਕਹਿਣਾ ਸਨੈਪਚੈਟ ਪਾਉਣਾ ਕਿਆ ਬਾਤਾਂ ਨੇ ਭਰਾ ਸਨੈਪਚੈਟ ਪਾਉਂਦਾ ਤਾਂ ਹੈਗਾ ਚੱਲੀ ਹੁਣ ਚੱਲ ਗੱਡੀ ਚਲਾ ਆਪਣੀ ਚੱਲ ਹੈਰੀ ਚੱਲੀ ਹੁਣ ਦੂਜਾ ਗੁਰਦੁਆਰੇ ਸਾਹਿਬ ਚੱਲਦੇ ਹਾਂ ਉਹ ਲੱਗ ਗਈ ਆ ਵੈਸੇ ਤੁਰ ਕੇ ਵੀ ਚੱਲ ਜਾਈਦਾ ਜਦੋਂ ਮੇਲਾ ਲੱਗਾ ਹੁੰਦਾ ਤੁਰ ਕੇ ਜਾਈਦਾ ਹੁਣ ਇੱਧਰ ਚੱਲ ਜਾਣਾ ਮੋਟਰਸਾਈਕਲ 'ਤੇ ਵੀ ਚੱਲ ਜਾਈਦਾ ਚੱਲੀਏ ਤੁਰ ਕੇ ਹੈ ਚਲੋ ਦੁਕਾਨ ਲਾ ਲਈਓ ਹੈ ਵੇ ਵੇਖਲਾ ਹੁਣ ਪੂਰਾ ਰਾਹ ਖਾਲੀ ਜਦੋਂ ਮੇਲਾ ਹੁੰਦਾ ਉਦੋਂ ਲੰਘਿਆ ਨਹੀਂ ਜਾਂਦਾ ਉਹ ਉੱਥੋਂ ਤੱਕ ਮੇਲਾ ਉੱਥੋਂ ਤੱਕ ਉਹ ਹੁੰਦਾ ਹੀ ਸੰਗਤ ਹੁੰਦੀ ਆ ਹਨਾ ਉਹ ਐਂਡ ਤੱਕ ਸੰਗਤ ਹੁੰਦੀ ਹੈ ਇੱਥੋਂ ਲੈ ਕੇ ਤੋਰੋ ਤੋਰ ਘੱਟੋ ਘੱਟ ਵੀ 2-3 ਘੰਟੇ ਲੱਗਦੇ ਹਨਾ ਕਰਤਾ ਕੰਮ ਕਰਤਾ ਤੂੰ ਨਾ ਕੋਈ ਸਿੱਧਾ ਕੰਮ ਕਰੇ ਬ੍ਰੇਕ ਨਹੀਂ ਲੱਗੀ ਇੱਥੇ ਦਰਸ਼ਨ ਕਰਕੇ ਆ ਗਏ ਹਾਂ ਅਤੇ ਦੋਵਾਂ ਗੁਰਦੁਆਰਾ ਸਾਹਿਬ ਦੇ ਕਰ ਰਹੇ ਹਾਂ ਇਹ ਦੋਵੇਂ ਗੁਰਦੁਆਰਾ ਸਾਹਿਬ ਇਤਿਹਾਸਿਕ ਨੇ ਅਤੇ ਸਾਡੇ ਮਤਲਬ ਵੀ ਇੱਥੇ ਮੇਲਾ ਬੜਾ ਜੋੜ ਮੇਲਾ ਲੱਗਦਾ ਬੜਾ ਭਰਿਆ ਹੁੰਦਾ ਹੁਣ ਤਾਂ ਦਰਸ਼ਨ ਬੜੇ ਵਧੀਆ ਹੋ ਗਏ ਆ ਅਤੇ ਮੇਲਾ 3 ਦਿਨ ਚੱਲਦਾ ਉੱਦਾਂ ਮੇਨ 3 ਦਿਨ ਵੈਸੇ ਚੱਲਦਾ ਰਹਿੰਦਾ 10-12 ਦਿਨ ਹਾਂ ਘੱਟੋ ਘੱਟ 10-12 ਦਿਨ ਮੇਲਾ ਚੱਲਦਾ ਬੜੀ ਰੌਣਕ ਹੁੰਦੀ ਆ ਮੇਲਾ ਵੀ ਵੇਖਣ ਵਾਲਾ ਹੁੰਦਾ ਮਾਰਚ ਦੇ ਮਹੀਨੇ ਲੱਗਦਾ ਅਤੇ ਸਾਡੇ ਲੋਕਲ ਤਾਂ ਸਾਰੇ ਵਹਿੰਦੇ ਅਤੇ ਜਿਹੜੇ ਮਤਲਬ ਜਿਨ੍ਹਾਂ ਨੂੰ ਨਹੀਂ ਪਤਾ ਉਹ ਮੇਲੇ 'ਤੇ ਜ਼ਰੂਰ ਆਇਓ ਬੜਾ ਵਧੀਆ ਹੁੰਦਾ ਅਤੇ ਹੁਣ ਇਹ ਵਲੋਗ ਨੂੰ ਕਰਦੇ ਹਾਂ ਐਂਡ ਅਤੇ ਆਪਾਂ ਮਿਲਾਂਗੇ ਤੁਹਾਨੂੰ ਅਗਲੇ ਵਲੋਗ 'ਚ ਜੇ ਵੀਡੀਓ ਪਸੰਦ ਆਈ ਆ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਚੈਨਲ 'ਤੇ ਨਵੇਂ ਆ ਤਾਂ ਕੀ ਕਰ ਦਿਓ ਅਤੇ ਵੀਡੀਓ ਦੱਬ ਕੇ ਸ਼ੇਅਰ ਕਰੋ ਨੀਡ ਹੈ ਤੁਹਾਡੀ ਸਪੋਰਟ ਦੀ ਅਤੇ ਵਲੋਗ ਪੂਰਾ ਵੇਖਿਆ ਕਰੋ ਅਤੇ ਮਿਲਾਂਗੇ ਹੁਣ ਤੁਹਾਨੂੰ ਅਗਲੇ ਵਲੋਗ 'ਚ ਉਦੋਂ ਤੱਕ ਲਈ ਬਾਏ।